ਸ਼ਲਗਮ ਤੇ ਸਰਦੀਆਂ ਦੇ ਮੌਸਮ ਦੀ ਬਹੁਤ ਹੀ ਵਧੀਆ ਪੌਸ਼ਟਿਕ ਸਬਜ਼ੀ ਹੈ ਤੇ ਸ਼ਲਗਮਾਂ ਦੀ ਭਾਵੇਂ ਸਬਜ਼ੀ ਬਣਾਓ ਤੇ ਭਾਵੇਂ ਬਣਾਓ ਸਾਗ, ਦੋਨੋਂ ਤਰ੍ਹਾਂ ਹੀ ਇਹ ਬਹੁਤ ਸਵਾਦ ਲੱਗਦੇ ਨੇ। ਤੇ ਆਓ ਅੱਜ ਆਪਾਂ ਬਣਾਉਂਦੇ ਹਾਂ ਸ਼ਲਗਮਾਂ ਨੂੰ ਘੋਟ ਕੇ ਸ਼ਲਗਮਾਂ ਦਾ ਸਾਗ ਮੇਰੇ ਤਰੀਕੇ ਨਾਲ। ਤੇ ਵਧੀਆ ਜਿਹੇ ਘੋਟਵੇਂ ਸ਼ਲਗਮ ਬਣਾਉਣ ਵਾਸਤੇ ਮੈਂ ਇੱਥੇ ਲੈਣੇ ਹੈ 1/2 ਕਿਲੋ ਸ਼ਲਗਮ। ਤੇ ਸ਼ਲਗਮਾਂ ਨੂੰ ਨਾ ਛਿੱਲ ਕੇ ਤੇ ਇਸ ਤਰ੍ਹਾਂ ਕੱਟ ਕੇ ਤੇ ਮੈਂ ਕੁੱਕਰ ਵਿੱਚ ਪਾਉਣ ਲੱਗੀ ਹਾਂ। ਅਤੇ ਸ਼ਲਗਮਾਂ ਨੂੰ ਆਪਾਂ ਛੋਟੇ ਵੱਡੇ ਜਿਵੇਂ ਦੇ ਮਰਜ਼ੀ ਪੀਸਾਂ 'ਚ ਕੱਟ ਸਕਦੇ ਹਾਂ, ਕਿਉਂਕਿ ਆਪਾਂ ਇਹਨਾਂ ਨੂੰ ਘੋਟਣਾ ਹੀ ਹੈ, ਯਾਨੀ ਕਿ ਮੈਸ਼ ਕਰਨਾ ਹੈ। ਅਤੇ ਸ਼ਲਗਮ ਜਿਹੜੇ ਨੇ ਬਹੁਤ ਹੀ ਹੈਲਦੀ ਹੁੰਦੇ ਨੇ, ਖਾਣ 'ਚ ਬਹੁਤ ਸਵਾਦ ਲੱਗਦੇ ਨੇ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਭਾਵੇਂ ਦੀ ਸਬਜ਼ੀ ਬਣਾਓ ਅਤੇ ਭਾਵੇਂ ਘੋਟਵੇਂ ਸ਼ਲਗਮ ਬਣਾਓ ਸਾਗ ਵਾਂਗੂ, ਇਹ ਦੋਨੋਂ ਤਰ੍ਹਾਂ ਹੀ ਬਹੁਤ ਸਵਾਦ ਲੱਗਦੇ ਨੇ। ਅਤੇ ਅੱਜ ਮੈਂ ਇਹਨਾਂ ਨੂੰ ਕੁੱਕਰ ਵਿੱਚ ਪਹਿਲਾਂ ਬੋਇਲ ਕਰਾਂਗੀ। ਇਹ ਦੇਖੋ ਜੀ, ਸਾਰੇ ਮੈਂ ਇਹਦੇ ਵਿੱਚ ਪਾ ਦਿੱਤੇ ਨੇ, ਹੈ ਨਾ। ਅਤੇ ਹੁਣ ਸ਼ਲਗਮਾਂ ਦੇ ਨਾਲ ਹੀ ਮੈਂ ਇਹਦੇ ਵਿੱਚ ਪਾਉਣ ਲੱਗੀ ਹਾਂ ਚਮਚ ਦਾ ਚੌਥਾ ਹਿੱਸਾ ਲੂਣ, ਅਤੇ ਚਮਚ ਦੇ ਚੌਥੇ ਹਿੱਸੇ ਤੋਂ ਵੀ ਘੱਟ ਪਾਵਾਂਗੇ ਥੋੜ੍ਹੀ ਜਿਹੀ ਆਪਾਂ ਹਲਦੀ, ਅਤੇ ਨਾਲ ਹੀ ਇੱਕ ਵੱਡਾ ਚਮਚ ਗੁੜ ਦਾ ਵੀ ਪਾਵਾਂਗੇ। ਇਹਦੇ ਨਾਲ ਸ਼ਲਗਮਾਂ ਦਾ ਸਵਾਦ ਬਹੁਤ ਵਧੀਆ ਹੋ ਜਾਂਦਾ, ਜਿਹੜੀ ਥੋੜ੍ਹੀ ਜਿਹੀ ਕੜੱਤਨ ਹੁੰਦੀ ਹੈ ਨਾ ਸ਼ਲਗਮਾਂ ਦੇ ਵਿੱਚ, ਉਹ ਸੈੱਟ ਹੋ ਜਾਂਦੀ ਹੈ, ਮਤਲਬ ਕਿ ਬੈਲੈਂਸ ਹੋ ਜਾਂਦਾ ਟੇਸਟ। ਅਤੇ ਨਾਲ ਹੀ ਇੱਥੇ ਪਾਉਣ ਲੱਗੀ ਹਾਂ 1/4 ਕੱਪ ਪਾਣੀ ਦਾ। ਆਪਾਂ ਜਿਹੜੇ ਸ਼ਲਗਮ ਨੇ ਨਾ ਉਹ ਛਿੱਲ ਕੇ ਅਤੇ ਧੋ ਕੇ ਅਤੇ ਫਿਰ ਕੱਟੇ ਨੇ ਮੈਂ, ਤਾਂ ਪਾਣੀ ਦੀ ਜ਼ਰੂਰਤ ਪੈ ਰਹੀ ਹੈ। ਅਤੇ ਜੇ ਆਪਾਂ ਇਹਨਾਂ ਨੂੰ ਕੱਟ ਕੇ ਧੋਵਾਂਗੇ ਨਾ ਤਾਂ ਫਿਰ ਇੰਨੇ ਕੁ ਪਾਣੀ ਦੀ ਵੀ ਲੋੜ ਨਹੀਂ ਪੈਣੀ, ਕਿਉਂਕਿ ਇਹਦੇ ਵਿੱਚ ਕੁਦਰਤੀ ਪਾਣੀ ਕਾਫੀ ਹੁੰਦਾ ਹੈ ਅਤੇ ਉਹ ਸ਼ਲਗਮ ਪਾਣੀ ਛੱਡ ਦੇਣਗੇ ਅਤੇ ਉਨੇ ਪਾਣੀ ਵਿੱਚ ਹੀ ਸ਼ਲਗਮ ਪੱਕ ਜਾਂਦੇ ਨੇ। ਅਤੇ ਹੁਣ ਗੈਸ ਦੀ ਫਲੇਮ ਨੂੰ ਔਨ ਕਰਾਂਗੇ ਅਤੇ ਗੈਸ ਦੀ ਫਲੇਮ ਨੂੰ ਔਨ ਕਰਕੇ ਫੁੱਲ ਫਲੇਮ 'ਤੇ ਇਹਨੂੰ 2 ਸੀਟੀਆਂ ਹੁਣ ਤੱਕ ਆਪਾਂ ਪਕਾ ਲੈਣਾ। ਅਤੇ ਇੱਥੇ 2 ਸੀਟੀਆਂ ਹੋ ਚੁੱਕੀਆਂ ਨੇ ਜੀ, ਹੁਣ ਗੈਸ ਦੀ ਫਲੇਮ ਨੂੰ ਕਰ ਦਾਂਗੇ ਔਫ ਅਤੇ ਕੁੱਕਰ ਨੂੰ ਇੱਦਾਂ ਹੀ ਪਿਆ ਰਹਿਣ ਦੇਵਾਂਗੇ, ਹਜੇ ਖੋਲ੍ਹਾਂਗੇ ਨਹੀਂ। ਜਦੋਂ ਆਪਣੇ ਆਪ ਇਹਦੇ ਵਿੱਚੋਂ ਸਟੀਮ ਖਤਮ ਹੋ ਜਾਏਗੀ ਨਾ ਉਦੋਂ ਖੋਲ੍ਹਾਂਗੇ, ਅਤੇ ਉਦੋਂ ਤੱਕ ਨਾ ਆਪਾਂ ਸ਼ਲਗਮਾਂ ਵਾਸਤੇ ਤੜਕਾ ਬਣਾ ਲੈਂਦੇ ਹਾਂ, ਜਿਹਦੇ ਵਾਸਤੇ ਆਪਾਂ ਇੱਥੇ ਕੜਾਹੀ ਲਵਾਂਗੇ ਅਤੇ ਕੜਾਹੀ ਦੇ ਵਿੱਚ ਪਾਵਾਂਗੇ 3 ਤੋਂ 4 ਵੱਡੇ ਵਾਲੇ ਚਮਚ ਸਰੋਂ ਦਾ ਤੇਲ, ਇਹਨੂੰ ਗਰਮ ਕਰਨਾ ਹੈ ਚੰਗੀ ਤਰ੍ਹਾਂ। ਅਤੇ ਸਰੋਂ ਦੇ ਤੇਲ ਦੇ ਇਲਾਵਾ ਇਹਨੂੰ ਭਾਵੇਂ ਕਿਸੇ ਵੀ ਕੁਕਿੰਗ ਓਇਲ 'ਚ ਬਣਾਓ, ਘਿਓ 'ਚ ਬਣਾਓ, ਭਾਵੇਂ ਮੱਖਣ 'ਚ ਬਣਾਓ, ਸਭ 'ਚ ਬਹੁਤ ਸਵਾਦ ਬਣਦੇ ਨੇ। ਅਤੇ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ 1 ਚਮਚ ਬਰੀਕ ਕੱਟਿਆ ਹੋਇਆ ਅਦਰਕ ਅਤੇ ਨਾਲ ਹੀ 1 ਚਮਚ ਬਰੀਕ ਕੱਟਿਆ ਹੋਇਆ ਲਸਣ ਅਤੇ 2 ਮਿਰਚਾਂ ਬਰੀਕ ਕੱਟੀਆਂ ਹੋਈਆਂ, ਸਾਰੀਆਂ ਇੱਕੋ ਵਾਰੀ ਮੈਂ ਤੇਲ ਦੇ ਵਿੱਚ ਪਾ ਦਿੱਤੀਆਂ ਨੇ। ਅਤੇ ਇਹਨਾਂ ਨੂੰ ਨਾ ਹੁਣ ਆਪਾਂ ਥੋੜ੍ਹਾ ਜਿਹਾ ਭੁੰਨ ਲੈਣਾ। ਅਤੇ ਇਹ ਤਾਂ ਮੈਂ 1/2 ਕਿਲੋ ਸ਼ਲਗਮਾਂ ਵਾਸਤੇ ਲਸਣ ਅਦਰਕ ਅਤੇ ਹਰੀ ਮਿਰਚ ਲਈ ਹੈ, ਅਤੇ ਜ਼ਿਆਦਾ ਸ਼ਲਗਮ ਬਣਾਉਣੇ ਹੋਣਗੇ ਅਤੇ ਉਸ ਹਿਸਾਬ ਨਾਲ ਲਸਣ ਅਦਰਕ ਹਰੀ ਮਿਰਚਾਂ ਹੋਰ ਬਾਕੀ ਸਾਰੀਆਂ ਚੀਜ਼ਾਂ ਦੀ ਕੁਆਂਟਿਟੀ ਵਧਾਉਂਦੇ ਜਾਇਓ। ਅਤੇ ਲਓ ਜੀ, ਇਹਨੂੰ ਹੁਣ ਆਪਾਂ ਥੋੜ੍ਹਾ ਜਿਹਾ ਭੁੰਨ ਲੈਣਾ। ਅਤੇ ਜਦੋਂ ਭੁੱਜਦੇ ਹੋਏ ਇੱਦਾਂ ਦੇ ਹੋ ਜਾਣ ਨਾ ਲਾਈਟ ਬਰਾਊਨ ਜਿਹੇ ਕਲਰ ਦੇ, ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਆ ਗ੍ਰਾਈਂਡ ਕੀਤੇ ਹੋਏ 2 ਟਮਾਟਰ। ਟਮਾਟਰਾਂ ਨੂੰ ਮੈਂ ਪੀਸ ਲਿਆ ਅਤੇ ਇਹਦੇ ਵਿੱਚ ਨਾ ਆਪਾਂ ਕੋਈ ਜੀਰਾ ਕੋਈ ਪਿਆਜ਼ ਵਗੈਰਾ ਕੁਛ ਨਹੀਂ ਪਾਉਣਾ, ਬਸ ਫਟਾਫਟ ਲਸਣ ਅਦਰਕ ਭੁੰਨਣਾ ਹੈ, ਟਮਾਟਰ ਭੁੰਨ ਲੈਣੇ ਨੇ ਅਤੇ ਸਬਜ਼ੀ ਫਟਾਫਟ ਤਿਆਰ ਹੋ ਜਾਂਦੀ ਹੈ ਔਰ ਬਣਦੀ ਬਹੁਤ ਸਵਾਦ ਹੈ। ਅਤੇ ਬਸ ਹੁਣ ਟਮਾਟਰਾਂ ਨੂੰ ਵੀ ਆਪਾਂ ਪਕਾ ਲੈਣਾ, ਠੀਕ ਹੈ ਜੀ। ਅਤੇ ਵੇਖੋ ਜੀ, ਥੋੜ੍ਹੀ ਦੇਰ 'ਚ ਇਹ ਟਮਾਟਰ ਵਧੀਆ ਪੱਕ ਗਏ ਨੇ, ਟਮਾਟਰਾਂ ਦਾ ਪਾਣੀ ਸੁੱਕ ਕੇ ਇਹ ਗਾੜੇ ਜਿਹੇ ਹੋ ਗਏ ਨੇ ਇੱਕਦਮ, ਅਤੇ ਓਇਲ ਵੀ ਸਾਰਾ ਛੱਡ ਦਿੱਤਾ, ਦਿਖ ਰਿਹਾ ਨਾ ਓਇਲ ਇੱਕਦਮ ਵੱਖਰਾ ਵੱਖਰਾ, ਬਹੁਤ ਹੀ ਵਧੀਆ ਤੜਕਾ ਭੁੱਜ ਗਿਆ। ਹੁਣ ਆਪਾਂ ਇਹਦੇ 'ਚ ਪਾਵਾਂਗੇ ਮਸਾਲੇ, ਪਹਿਲਾਂ ਗੈਸ ਦੀ ਫਲੇਮ ਨੂੰ ਸਿਮ ਕਰਾਂਗੇ ਅਤੇ ਫਿਰ ਇਹਦੇ ਵਿੱਚ ਪਾਵਾਂਗੇ ਥੋੜ੍ਹਾ ਜਿਹਾ ਲੂਣ, ਥੋੜ੍ਹਾ ਜਿਹਾ ਲੂਣ ਆਪਾਂ ਪਹਿਲਾਂ ਪਾਇਆ ਸੀ ਨਾ ਸ਼ਲਗਮਾਂ 'ਚ, ਥੋੜ੍ਹਾ ਜਿਹਾ ਹੁਣ ਪਾਵਾਂਗੇ। ਅਤੇ ਨਾਲ ਹੀ ਪਾਵਾਂਗੇ 1/4 ਕੁ ਚਮਚ ਕਸ਼ਮੀਰੀ ਲਾਲ ਮਿਰਚੀ ਪਾਊਡਰ, ਇਹਦੇ ਨਾਲ ਸਬਜ਼ੀ ਦਾ ਰੰਗ ਬਹੁਤ ਵਧੀਆ ਆਏਗਾ। ਅਤੇ ਤਿੱਖੀ ਵਾਲੀ ਮਿਰਚ ਤਾਂ ਇਹਦੇ ਵਿੱਚ ਮੈਂ ਪਾਣੀ ਨਹੀਂ ਹੈ, ਇਸ ਕਰਕੇ ਹਰੀਆਂ ਮਿਰਚਾਂ ਥੋੜ੍ਹੀ ਜ਼ਿਆਦਾ ਪਾਈਆਂ ਨੇ। ਅਤੇ ਨਾਲ ਹੀ ਇਹਦੇ ਵਿੱਚ ਪਾਉਣ ਲੱਗੀ ਹਾਂ 1/2 ਚਮਚ ਚਨਾ ਮਸਾਲਾ, ਛੋਲਿਆਂ ਵਾਲਾ ਮਸਾਲਾ ਜਿਹੜਾ ਹੁੰਦਾ, ਇਹ ਕਿਸੇ ਵੀ ਬ੍ਰਾਂਡ ਦਾ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ, ਇਹਦੇ ਨਾਲ ਸਵਾਦ ਨਾ ਬਹੁਤ ਵਧੀਆ ਆਉਂਦਾ ਸ਼ਲਗਮ ਦਾ, ਅਤੇ ਇਹ ਜ਼ਰੂਰ ਪਾਇਓ। ਬਾਕੀ ਇਹਦੇ ਵਿੱਚ ਹੋਰ ਕੋਈ ਮਸਾਲੇ ਨਹੀਂ ਪਾਉਣੇ, ਨਾ ਗਰਮ ਮਸਾਲਾ, ਨਾ ਧਨੀਆ ਪਾਊਡਰ, ਨਾ ਲਾਲ ਮਿਰਚਾਂ, ਕੁਛ ਨਹੀਂ।
ਬਸ ਚਨਾ ਮਸਾਲਾ ਪਾ ਕੇ ਇੱਕ ਵਾਰੀ ਇਹ ਸ਼ਲਗਮ ਬਣਾ ਕੇ ਵੇਖਿਓ, ਤੁਹਾਨੂੰ ਬਹੁਤ ਹੀ ਪਸੰਦ ਆਉਣਗੇ। ਅਤੇ ਬਸ ਇਹਨਾਂ ਨੂੰ ਮੈਂ ਥੋੜ੍ਹਾ ਜਿਹਾ ਭੁੰਨ ਲਿਆ ਜੀ। ਹੁਣ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਮਲਾਈ ਦਾ। ਮਲਾਈ ਨਾਲ ਇਹਦਾ ਟੇਸਟ ਬਹੁਤ ਵਧੀਆ ਹੋ ਜਾਂਦਾ ਹੈ, ਜਿਹੜੀ ਸਬਜ਼ੀ ਹੈ ਰਿਚ ਹੋ ਜਾਂਦੀ ਹੈ ਔਰ ਕ੍ਰੀਮੀ ਬਣਦੀ ਹੈ ਇੱਕਦਮ, ਬਹੁਤ ਹੀ ਵਧੀਆ। ਅਤੇ ਬਸ ਮਲਾਈ ਨੂੰ ਵੀ ਹੁਣ ਆਪਾਂ ਥੋੜ੍ਹਾ ਜਿਹਾ ਭੁੰਨ ਲੈਣਾ, ਮੈਸ਼ ਹੋ ਜਾਵੇ ਅੱਛੀ ਤਰ੍ਹਾਂ, ਉਹਨਾਂ ਕੁ ਬਸ ਭੁੰਨਣਾ ਇਹਨੂੰ। ਕੁੱਕਰ ਦੀ ਸਟੀਮ ਨਿਕਲ ਚੁੱਕੀ ਹੈ ਅਤੇ ਹੁਣ ਆਪਾਂ ਸ਼ਲਗਮ ਵੀ ਚੈੱਕ ਕਰ ਲੈਂਦੇ ਹਾਂ। ਆਹ ਵੇਖੋ ਜੀ ਸ਼ਲਗਮ ਜਿਹੜੇ ਨਾ ਇਹ ਵਧੀਆ ਪੱਕ ਗਏ ਨੇ, ਇੱਕਦਮ ਸੌਫਟ ਹੋ ਗਏ ਨੇ ਆ ਦੇਖੋ। ਅਤੇ ਹੁਣ ਆਪਾਂ ਕੀ ਕਰਨਾ, ਇਹਨਾਂ ਨੂੰ ਘੋਟਣਾ, ਯਾਨੀ ਕਿ ਮੈਸ਼ ਕਰਨਾ। ਅਤੇ ਇਹਨਾਂ ਨੂੰ ਭਾਵੇਂ ਕੜਛੀ ਨਾਲ ਕਰ ਲਵੋ ਅਤੇ ਭਾਵੇਂ ਮਧਾਣੀ ਨਾਲ ਅਤੇ ਭਾਵੇਂ ਘੋਟਣੇ ਨਾਲ, ਜਿਹਦੇ ਨਾਲ ਮਰਜ਼ੀ ਕਰ ਲਵੋ, ਬਹੁਤ ਵਧੀਆ ਹੋ ਜਾਂਦੇ ਨੇ ਕਿਉਂਕਿ ਇੱਕਦਮ ਸੌਫਟ ਹੋਏ ਹੋਏ ਨੇ। ਅਤੇ ਵੇਖੋ ਜਿਹੜਾ ਆਪਾਂ ਪਾਣੀ ਪਾਇਆ ਸੀ ਨਾ, ਉਹਨੇ ਪਾਣੀ ਵਿੱਚ ਇਹ ਸ਼ਲਗਮ ਵਧੀਆ ਪੱਕ ਗਏ ਨੇ ਅਤੇ ਇਸ ਪਾਣੀ ਦੇ ਵਿੱਚ ਹੀ ਇਹ ਘੋਟੇ ਵੀ ਜਾਣਗੇ ਚੰਗੀ ਤਰ੍ਹਾਂ। ਤੁਸੀਂ ਸ਼ਲਗਮਾਂ ਨੂੰ ਕੱਟ ਕੇ ਫਿਰ ਧੋਵੋਗੇ ਨਾ ਅਤੇ ਫਿਰ ਇੰਨਾ ਪਾਣੀ ਵੀ ਨਾ ਪਾਇਓ। ਮੈਂ ਤਾਂ ਪਹਿਲਾਂ ਧੋ ਲਏ ਸੀ ਨਾ ਅਤੇ ਇਸ ਕਰਕੇ ਥੋੜ੍ਹਾ ਜਿਹਾ ਪਾਣੀ ਪਾਇਆ। ਅਤੇ ਇਹਨੂੰ ਹੁਣ ਆਪਾਂ ਘੋਟ ਲੈਂਦੇ ਹਾਂ ਕੜਛੀ ਨਾਲ ਘੋਟ। ਹੁਣ ਆਪਾਂ ਤੁਹਾਨੂੰ ਦਿਖਾਉਂਦੀ ਹਾਂ ਘੋਟਣੇ ਨਾਲ, ਮਧਾਣੀ ਨਾਲ ਘੋਟ ਕੇ। ਅਤੇ ਇਹਨੂੰ ਹੁਣ ਮੈਂ ਮਧਾਣੀ ਨਾਲ ਘੋਟਣ ਲੱਗੀ ਹਾਂ। ਇਹਨੂੰ ਨਾ ਆਪਾਂ ਹੈਂਡ ਬਲੈਂਡਰ ਨਾਲ ਵੀ ਘੋਟ ਸਕਦੇ ਹਾਂ, ਉਹਦੇ ਨਾਲ ਵੀ ਮੈਸ਼ ਕਰ ਸਕਦੇ ਹਾਂ, ਬਹੁਤ ਵਧੀਆ ਹੋ ਜਾਂਦੇ ਨੇ। ਅਤੇ ਇਸ ਤਰ੍ਹਾਂ ਸਾਰੇ ਸ਼ਲਗਮਾਂ ਨੂੰ ਆਪਾਂ ਘੋਟ ਲੈਣਾ ਇੱਦਾਂ ਕਰਕੇ। ਅਤੇ ਲਓ ਜੀ ਸ਼ਲਗਮ 'ਤੇ ਗਏ ਨੇ ਘੋਟੇ, ਹੈ ਨਾ, ਬਹੁਤ ਹੀ ਵਧੀਆ ਘੋਟੇ ਗਏ ਨੇ। ਜਿਵੇਂ ਆਪਾਂ ਸਰ੍ਹੋਂ ਦਾ ਸਾਗ ਘੋਟਦੇ ਹਾਂ ਨਾ ਆਲਣ ਪਾ ਕੇ, ਆਲਣ ਯਾਨੀ ਕਿ ਮੱਕੀ ਦਾ ਜਾਂ ਕਣਕ ਦਾ ਆਟਾ ਪਾ ਕੇ, ਉਸ ਤਰ੍ਹਾਂ ਹੀ ਆਪਾਂ ਇਹਨੂੰ ਵੀ ਘੋਟਣਾ ਹੈ। ਪਰ ਇਹਦੇ ਵਿੱਚ ਬਿਲਕੁਲ ਵੀ ਮੈਂ ਆਟਾ ਨਹੀਂ ਪਾਇਆ, ਆਲਣ ਬਿਲਕੁਲ ਨਹੀਂ ਪਾਇਆ, ਅਤੇ ਬਿਨਾਂ ਆਲਣ ਤੋਂ ਹੀ ਇਹ ਬਹੁਤ ਹੀ ਸਵਾਦ ਬਣਨਗੇ। ਅਤੇ ਘੋਟੇ ਹੋਏ ਸ਼ਲਗਮਾਂ ਨੂੰ ਨਾ ਹੁਣ ਆਪਾਂ ਤਿਆਰ ਕੀਤੇ ਹੋਏ ਤੜਕੇ ਦੇ ਵਿੱਚ ਪਾ ਦੇਵਾਂਗੇ। ਅਤੇ ਇਹਨੂੰ ਹੁਣ ਕਰ ਦੇਵਾਂਗੇ ਮਿਕਸ, ਤੜਕਾ ਹੋਰ ਸ਼ਲਗਮ ਜਿਹੜੇ ਘੋਟੇ ਹੋਏ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਅਤੇ ਦੇਖੋ ਤੁਸੀਂ ਰੰਗਤ ਦੇਖੋ ਕਿੰਨੀ ਵਧੀਆ ਆਈ ਹੈ ਇਹਦੀ, ਹੈ ਨਾ, ਸਬਜ਼ੀ ਦੀ, ਸਾਗ ਦੀ, ਘੋਟਵੇਂ ਸ਼ਲਗਮਾਂ ਦੀ। ਇਹਨੂੰ ਘੋਟਵੇਂ ਸ਼ਲਗਮ ਆਖੋ, ਸ਼ਲਗਮਾਂ ਦਾ ਸਾਗ ਆਖੋ, ਛੁਈ ਆਖੋ, ਪਰ ਇਹ ਬਹੁਤ ਹੀ ਸਵਾਦ ਬਣਦੇ ਨੇ। ਅਤੇ ਇਹਨੂੰ ਹੁਣ ਮਿਕਸ ਕਰਨ ਤੋਂ ਬਾਅਦ ਨਾ ਆਪਾਂ ਗੈਸ ਦੀ ਫਲੇਮ ਨੂੰ ਮੀਡੀਅਮ ਕਰਕੇ ਅਤੇ ਇਹਨਾਂ ਨੂੰ ਢੱਕ ਕੇ ਹੁਣ 2 ਤੋਂ 3 ਮਿੰਟ ਤੱਕ ਪਕਾਵਾਂਗੇ। ਅਤੇ ਇੱਥੇ ਨਾ ਮੈਂ ਹੁਣ ਸ਼ਲਗਮਾਂ ਨੂੰ ਢੱਕ ਕੇ 2 ਤੋਂ 3 ਮਿੰਟ ਤੱਕ ਪਕਾ ਲਿਆ। ਅਤੇ ਵੇਖੋ ਜੀ ਸ਼ਲਗਮ ਜਿਹੜੇ ਨੇ ਕਿੰਨੇ ਵਧੀਆ ਪੱਕ ਗਏ ਨਾ, ਸ਼ਲਗਮਾਂ ਦਾ ਸਾਗ ਬਹੁਤ ਵਧੀਆ ਤਿਆਰ ਹੋਇਆ। ਅਤੇ ਮੇਰੇ ਘਰ ਵਿੱਚ ਨਾ ਸ਼ਲਗਮ ਖਾਣੇ ਬਹੁਤ ਹੀ ਪਸੰਦ ਕੀਤੇ ਜਾਂਦੇ ਨੇ, ਸ਼ਲਗਮ ਦੀ ਸਬਜ਼ੀ ਵੀ, ਸ਼ਲਗਮ ਦਾ ਸਾਗ ਵੀ, ਅਤੇ ਸ਼ਲਗਮ ਮਟਰ ਦੀ ਸਬਜ਼ੀ ਮੈਂ ਆਪਣੇ ਚੈਨਲ 'ਤੇ ਪਾਈ ਹੋਈ ਹੈ ਅਤੇ ਉਹਨੂੰ ਤੁਸੀਂ ਬਹੁਤ ਪਸੰਦ ਕੀਤਾ ਸਾਰਿਆਂ ਨੇ। ਅਤੇ ਅੱਜ ਮੈਂ ਬਣਾਇਆ ਸ਼ਲਗਮ ਦਾ ਸਾਗ, ਯਾਨੀ ਕਿ ਘੋਟਵੇਂ ਸ਼ਲਗਮ, ਇਹ ਵੀ ਬਹੁਤ ਹੀ ਵਧੀਆ ਬਣੇ ਨੇ। ਅਤੇ ਹੁਣ ਇਹ ਸਬਜ਼ੀ ਸਾਡੀ, ਯਾਨੀ ਕਿ ਸ਼ਲਗਮ ਦਾ ਸਾਗ ਸਾਡਾ ਹੋ ਗਿਆ ਤਿਆਰ। ਆਹ ਵੇਖੋ ਜੀ, ਹੈ ਨਾ, ਬਹੁਤ ਹੀ ਵਧੀਆ ਘੋਟਵੇਂ ਸ਼ਲਗਮ। ਇੱਥੇ ਹੁਣ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਔਫ ਅਤੇ ਹੁਣ ਇਹਦੇ ਵਿੱਚ ਉੱਪਰੋਂ ਦੀ ਪਾਵਾਂਗੇ ਕੱਟਿਆ ਹੋਇਆ ਹਰਾ ਧਨੀਆ। ਅਤੇ ਹੁਣ ਧਨੀਏ ਨੂੰ ਕਰ ਦਾਂਗੇ ਇਹਦੇ ਵਿੱਚ ਮਿਕਸ। ਅਤੇ ਧਨੀਆ ਮਿਕਸ ਕਰਕੇ ਹੁਣ ਇਹ ਸ਼ਲਗਮਾਂ ਦੇ ਸਾਗ ਨੂੰ ਕਰਾਂਗੇ ਆਪਾਂ ਸਰਵ। ਅਤੇ ਇਹ ਲਓ ਜੀ, ਬਿਨਾਂ ਆਲਣ ਤੋਂ ਬਹੁਤ ਹੀ ਘੱਟ ਮਸਾਲਿਆਂ ਨਾਲ, ਛੇਤੀ ਨਾਲ ਤਿਆਰ ਹੋਣ ਵਾਲਾ ਸ਼ਲਗਮ ਦਾ ਸਾਗ ਜਾਂ ਸ਼ਲਗਮ ਦਾ ਭਾਜਾ ਤਿਆਰ ਹੈ। ਇਹਨੂੰ ਭਾਵੇਂ ਮਕਈ ਦੀ ਰੋਟੀ ਨਾਲ ਖਾਓ, ਭਾਵੇਂ ਪਲੇਨ ਰੋਟੀ ਨਾਲ ਖਾਓ, ਅਤੇ ਪਰੌਂਠਿਆਂ ਨਾਲ ਤਾਂ ਇਹਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ। ਅਤੇ ਤੁਸੀਂ ਵੀ ਇੱਕ ਵਾਰੀ ਇਸ ਤਰੀਕੇ ਨਾਲ ਸ਼ਲਗਮ ਦਾ ਸਾਗ ਬਣਾਓ, ਘਰ ਵਿੱਚ ਬਣਾਓ, ਸਾਰਿਆਂ ਨੂੰ ਖਵਾਓ, ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਕਿੱਦਾਂ ਦਾ ਲੱਗਿਆ। ਅਤੇ ਘਿਓ ਪਾ ਕੇ ਤਾਂ ਇਹਦਾ ਸਵਾਦ ਕਈ ਗੁਣਾ ਵੱਧ ਜਾਂਦਾ ਹੈ।